ਮਿੱਤਰੋ ਜਰਨੀ ਸਟਾਰਟ ਹੋ ਚੁੱਕੀ ਆਪਣੀ ਚੰਡੀਗੜ੍ਹ ਤੋਂ ਲੇਹ ਲਦਾਖ ਵਾਲੀ। ਟਾਈਮ 'ਚ ਬਾਰਿਸ਼ ਵਾਲੀ ਹੋਈ ਸੀ ਨਾ ਤਾਂ ਰਸਤੇ 'ਚ ਲੈਂਡਸਲਾਈਡ ਵਾਲੀ ਦੇਖਣ ਨੂੰ ਮਿਲੀ ਆ। ਰੋਡ ਦੇ ਰੋਡ ਬਲੋਕ ਹੈਗੇ ਸੀ, ਫਿਰ ਖਾਲੀ ਕਰਵਾਇਆ ਗਿਆ। ਆਪਾਂ ਇੱਥੇ ਪਹੁੰਚੇ ਸਵਰਾ ਘਾਟ, ਅਤੇ ਇਹ ਜਿਹੜਾ ਰੂਟ ਹੈਗਾ ਹੈ ਅਤੇ ਇਹ ਜਾਏਗਾ ਅੱਗੇ ਆਪਣੇ ਮੰਡੀ ਵਾਲੇ ਪਾਸੇ, ਮੰਡੀ ਤੋਂ ਅੱਗੇ ਫਿਰ ਕੁੱਲੂ ਮਨਾਲੀ ਤੋਂ ਹੁੰਦੇ ਹੋਏ ਲੇਹ ਲਦਾਖ। ਇੱਧਰੋਂ ਆਪਾਂ ਆਏ ਸੀ ਆਹ ਵਾਲਾ ਰੂਟ ਨਾਲਾਗੜ੍ਹ ਤੋਂ, ਚੰਡੀਗੜ੍ਹ ਬੱਦੀ ਨਾਲਾਗੜ੍ਹ ਹੁੰਦੇ ਹੋਏ ਇੱਥੇ ਆਪਾਂ ਪਹੁੰਚੇ ਸਵਰਾ ਘਾਟ। ਬਾਈ ਲਿਫਟ ਟਰੈਵਲ ਹਿੱਚ ਹੈਕਿੰਗ ਚੱਲ ਰਹੀ ਹੈ, ਖਤਰਨਾਕ ਹੁੰਦੀ ਹੈ ਥੋੜ੍ਹੀ ਜਿਹੀ, ਮਾਹੌਲ ਖਰਾਬ ਹੈਗਾ ਕਿਉਂਕਿ ਬਾਰਿਸ਼ ਦਾ ਮੌਸਮ ਹੈਗਾ, ਬਾਰਿਸ਼ ਕਦੇ ਵੀ ਪੈ ਸਕਦੀ ਹੁੰਦੀ ਹੈ। ਮਾਣ ਆਪਣਾ ਹੈਗਾ, ਬੈਗ ਹੈਗਾ, ਪਾਵਰ ਬੈਂਕ ਹੈਗਾ ਅਤੇ ਛੋਟਾ ਜਿਹਾ ਬੈਗ ਲੈ ਕੇ ਆਏ ਹਾਂ। ਨਿਕਲ ਵਾਲੇ ਘੱਟ ਹੈਗੇ ਨੇ, ਬਾਕੀ ਆਹ ਪਹਾੜਾਂ ਦਾ ਮਾਹੌਲ ਹੈਗਾ। ਠੀਕ ਹੈ, ਹੋਰ ਕਿੱਧਰ ਨੂੰ ਤੁਰਾ ਫਿਰਦਾ ਭਾਜੀ? ਮੰਡੀ ਵਾਲੀ ਸਾਈਡ ਜਾ ਰਹਾ, ਮੰਡੀ ਵਾਲੀ ਸਾਈਡ। ਅਗਲੀ ਲਿਫਟ ਸਿੱਧਾ ਮੰਡੀ ਦੀ, ਮੰਡੀ ਤੱਕ ਜਾ ਰਹੇ ਨੇ ਭਾਜੀ ਹੋਰ, ਆਪਾਂ ਵੀ ਅੱਜ ਮੰਡੀ ਪਹੁੰਚਣਾ, ਪਹੁੰਚ ਜਾਵਾਂਗੇ। ਹੈਗਾ ਟੈਂਪੂ ਟਾਈਪ ਹੈਗਾ, ਠੀਕ ਹੈ, ਮਸਤ ਮਾਹੌਲ ਬਣਿਆ ਹੋਇਆ, ਪਰ ਧੁੱਪ ਵਾਲੀ ਨਿਕਲੀ ਹੋਈ ਹੈ, ਧੁੱਪ ਨੇ ਕੰਮ ਕਰ ਦਿੱਤਾ ਹੋਇਆ। ਉੱਥੇ ਰਸਤੇ 'ਚ ਬਾਰਿਸ਼ ਸੀ ਅਤੇ ਧੁੱਪ ਵੀ ਆ। ਅਸੀਂ ਆਪਣੀ ਲਾਸਟ ਲਿਫਟ ਹੈ ਨਾਗ ਚਲਾ, ਮੰਡੀ 11 ਕਿਲੋਮੀਟਰ ਰਹਿ ਗਿਆ। ਸ਼ੁਕਰੀਆ, ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ। ਗੁਰਦੁਆਰੇ ਪਹੁੰਚ ਚੁੱਕੇ ਹਾਂ ਮੰਡੀ। ਤੁਹਾਨੂੰ 170 ਕਿਲੋਮੀਟਰ ਦੇ ਕਰੀਬ ਜਿਹੜਾ ਰਸਤਾ ਹੈਗਾ ਨਾ, ਜਿਹੜਾ ਆਪਣਾ ਚੰਡੀਗੜ੍ਹ ਪੈ ਜਾਂਦਾ, ਰਸਤੇ 'ਚ ਕਈ ਜਗ੍ਹਾ ਹੈਗੀਆਂ ਨੇ ਜਿਹੜੀਆਂ ਲੈਂਡਸਲਾਈਡ ਦੇ ਕਰਕੇ ਬਲੋਕ ਹੋ ਗਈਆਂ ਸੀ, ਪਰ ਹੁਣ ਖੁੱਲ੍ਹ ਚੁੱਕੀਆਂ ਨੇ। ਪਰ ਲੈਂਡਸਲਾਈਡ ਬਾਹਲੀ ਜ਼ਿਆਦਾ ਹੋਈ ਸੀ ਇਸ ਵਾਰੀ। ਹੁਣ ਨਿਊਜ਼ ਆਈ ਇੱਕ ਦਿਨ ਪਹਿਲਾਂ ਦੀ ਕਿ ਜਿਹੜਾ ਸ਼ਿਮਲਾ ਤੋਂ ਕਨੌਰਲਾ ਹੈਗਾ ਨਾ ਹਾਈਵੇ, 150-170 ਮੀਟਰ ਦੇ ਕਰੀਬ ਸਾਰਾ ਰੋਡ ਬਲੋਕ ਆ, ਉੱਥੇ ਕਈ ਗੱਡੀਆਂ ਫਸੀਆਂ ਹੋਈਆਂ। ਆਹ ਸਾਹਮਣੇ ਹੈਗਾ ਆਪਣਾ ਮੰਡੀ, ਮੰਡੀ ਦੀਆਂ ਪਹਾੜੀਆਂ, ਨੀਚੇ ਸਤਲੁਜ ਰਿਵਰ ਵਹਿ ਰਹੀ ਆ, ਅਤੇ ਆਹ ਜਿਹੜਾ ਰਸਤਾ ਹੈਗਾ ਨੀਚੇ ਵਾਲਾ, ਇਹ ਜਾਵੇਗਾ ਅੱਗੇ ਸਿੱਧਾ ਆਪਣੇ ਕੁੱਲੂ ਮਨਾਲੀ ਜਾਏਗਾ, ਇੱਧਰੋਂ ਜਾਏਗਾ ਚੰਡੀਗੜ੍ਹ ਵਾਲੇ ਪਾਸੇ। ਇਹ ਪਤਾ ਨਹੀਂ, ਮੈਨੂੰ ਲੱਗਦਾ ਬਾਰਿਸ਼ ਕਰਕੇ ਮਾਹੌਲ ਐਵੇਂ ਬਣਾ ਹੋਇਆ, ਬਾਰਿਸ਼ ਹੋਣ ਦਾ ਚਾਂਸ ਹੈਗਾ। ਅਤੇ ਉਹ ਸਾਹਮਣੇ ਜਿਹੜਾ ਬ੍ਰਿਜ ਹੈਗਾ ਉਹ ਕਨੈਕਟ ਕਰਦਾ ਮੰਡੀ ਨੂੰ, ਉੱਧਰ ਮੰਡੀ ਪੈ ਜਾਂਦਾ, ਇਹ ਕਿਸੇ ਮੰਡੀ ਦਾ ਪਿੱਛੇ ਰਹਿ ਗਿਆ। ਠੰਡ ਹੈਗੀ ਥੋੜ੍ਹੀ ਜੀ, ਪੱਖਾ ਵੀ ਉੱਪਰ ਚੱਲ ਰਿਹਾ, ਸਵਾਦ ਹੀ ਅਲੱਗ ਹੈ, ਸਤਿਨਾਮ ਵਾਹਿਗੁਰੂ। ਕੱਲ੍ਹ ਫਿਰ ਸਵੇਰੇ ਨਿਕਲਾਂਗੇ ਆਪਣੇ ਲਾਹੌਰ ਵੈਲੀ।
ਗੁੱਡ ਮੋਰਨਿੰਗ ਗਾਈਸ। ਤਾਂ ਸਵੇਰ ਦਾ ਟਾਈਮ ਹੋ ਚੁੱਕਿਆ, 9 ਵੱਜ ਚੁੱਕੇ ਨੇ, ਲੰਗਰ ਆਪਾਂ ਛਕ ਲਿਆ ਅਤੇ ਇਸ ਤੋਂ ਬਾਅਦ ਆਪਾਂ ਅੱਗੇ ਦੀ ਜਿਹੜੀ ਜਰਨੀ ਹੈਗੀ ਆ ਸਟਾਰਟ ਕਰ ਦਾਂਗੇ ਆਪਣੇ ਮੰਡੀ ਸਾਹਿਬ ਵਾਲਾ ਗੁਰਦੁਆਰਾ। ਅਤੇ ਆਹ ਹੈਗਾ ਰੋਡ ਜਦੋਂ ਆਪਾਂ ਆਏ ਸੀ ਕੱਲ੍ਹ, ਇਹਦੇ ਬਿਲਕੁਲ ਉਲਟ ਦਿਸ਼ਾ ਵਿੱਚ ਆਪਾਂ ਜਾਣਾ ਜਾਵਾਂ। ਨੀਚੇ ਸਤਲੁਜ ਰਿਵਰ ਵਹਿ ਰਹੀ ਹੈ, ਬ੍ਰਿਜ ਕ੍ਰੋਸ ਕਰਕੇ ਜਾਵਾਂਗੇ, ਇੱਧਰ ਮੰਡੀ ਵਾਲੇ ਪਾਸੇ ਵੜ ਜਾਵੇਗਾ। ਅਤੇ ਆਹ ਰਹਿ ਗਿਆ ਮਨਾਲੀ 108 ਕਿਲੋਮੀਟਰ, ਪਠਾਨਕੋਟ 208 ਕਿਲੋਮੀਟਰ ਰਹਿ ਗਿਆ। ਆਹ ਰਸਤਾ ਜਾਵੇਗਾ ਜਿਹੜਾ ਮਨਾਲੀ ਕੁੱਲੂ ਹੁੰਦੇ ਹੋਏ ਫਿਰ ਅੱਗੇ ਨਿਕਲ ਜਾਏਗਾ। ਭਾਜੀ ਆਪਣਾ ਸਮਾਨ ਰੈਡੀ, ਟੈਂਟ ਰੱਖਿਆ ਹੋਇਆ, ਛੋਟਾ ਬੈਗ ਅਤੇ ਵੱਡਾ ਬੈਗ ਜਿਹਦੇ 'ਚ ਛੋਟਾ ਜਿਹਾ ਕੰਬਲ ਵੀ ਹੈਗਾ। ਮਨਾਲੀ 2 ਕਿਲੋਮੀਟਰ, ਰੋਹਤਾਂਗ 56 ਦੇ 478 ਕਿਲੋਮੀਟਰ। ਬਾਬਾ ਕਿਹੜੇ ਪੀਰ ਦੀ ਲਾਂਦੇ ਤੇ ਜੋਤ? ਪੰਜ ਪੀਰ ਨਾਲ ਬਾਬਾ ਕਾਲੀ ਪੀਰ। ਅੱਛਾ ਕਾਲੀ ਪੀਰ ਬਾਬਾ, ਕਾਲੀ ਪੀਰ ਹੈ ਬੁੱਗੇ ਦਾ ਵਜ਼ੀਰ। ਅੱਛਾ ਪਾਪਾ ਮਿਹਨਤ ਕਰੀਏ। ਬਿਲਕੁਲ ਬਿਲਕੁਲ, ਇਹ ਤਾਂ ਹੈ, ਮਿਹਨਤ ਕਰੋ। ਹਾਂ ਮਿਹਨਤ ਕਰੋ, ਮਿਹਨਤ ਕਰੋ। ਹੁਣ ਬਾਬਾ ਪੂਰੀ ਮਿਹਨਤ ਕਰਦਾ ਵੇਖ ਲਓ, ਠੀਕ ਹੈ ਨਾ, ਜੋਤ ਵੀ ਲਾਉਂਦੇ ਨੇ ਬਾਬਾ ਅਤੇ ਮਿਹਨਤ ਵੀ ਕਰਦੇ ਨੇ। ਪੂਰਾ ਚੋਲਾ ਪਾਇਆ ਹੋਇਆ ਜਿਹੜਾ ਬਾਬਾ ਜੀ ਪਾਉਂਦੇ ਹੁੰਦੇ ਨੇ। ਅੱਜ ਕਲੌਂਗ ਪਹੁੰਚਣਾ, ਕਲੌਂਗ ਇੱਥੋਂ ਹੋਏਗਾ 115 ਕਿਲੋਮੀਟਰ ਦੇ ਕਰੀਬ ਹੋਣਾ ਚਾਹੀਦਾ। ਚਲੋ ਚਾਹ ਪੀ ਲਈ, ਹਲੋ ਚਾਹ ਪੀਤੀ ਜਾਵੇ ਇੱਕ ਵਾਰੀ। ਹੈ ਬਾਬਾ ਜੀ ਨੇ ਚਾਹ ਪਿਲਾਈ ਹੈ, ਬਹੁਤ ਬਹੁਤ ਸ਼ੁਕਰੀਆ। ਮੇਰੇ ਲੇਖਾਂ 'ਚ ਲਿਖਿਆ ਸੀ ਇੱਥੋਂ। ਵੈਸੇ 2 ਕਿਲੋਮੀਟਰ ਰਹਿ ਗਿਆ ਮਨਾਲੀ, ਆਪਣਾ ਰਸਤਾ ਅਲੱਗ ਹੋ ਜਾਣਾ। ਬਾਬੇ ਨੇ ਮਨਾਲੀ ਦੇ ਵਿੱਚ ਜਾਣਾ ਅਤੇ ਆਪਾਂ ਨਿਕਲ ਜਾਣਾ ਕਲੌਂਗ। ਜੇ ਨਿਆਣਿਆਂ ਦਿਖਣਾ ਹੋਵੇ ਤਾਂ ਚੈਨਲ ਖੋਲ੍ਹਣਾ ਪੈਣਾ ਜੀ। ਕਿਹੜਾ? ਅਮਨ ਮਿੱਡਾ। ਕਦੇ ਵੀ ਕਿਧਰੋਂ ਵੀ ਆ ਕੇ ਪੱਥਰ ਡਿੱਗ ਸਕਦਾ ਹੈ। ਪਹਿਲਾਂ ਸੜਕ ਜਿਹੜੀ ਹੁੰਦੀ ਸੀ ਨਾ ਸਾਰੀ ਬਹਿ ਗਈ, ਆਹ ਨਵਾਂ ਕੰਮ ਚੱਲ ਰਿਹਾ। ਸੜਕਾਂ ਟੁੱਟੀਆਂ ਪਈਆਂ ਨੇ, ਸੜਕਾਂ ਮਨਾਲੀ ਦੀਆਂ। ਟਾਈਮ ਹੋ ਗਿਆ 3 ਵਜੇ ਦਾ, ਜੇ ਅਤਲ ਟਨਲ ਵਾਲੇ ਪਾਸੋਂ ਜਾਈਏ ਉਹ ਪੈ ਜਾਏਗਾ 70-75 ਦੇ ਆਸ ਪਾਸ। ਬਸ ਲਿਫਟ ਮਿਲ ਜਾਏ, ਲਿਫਟ ਮਿਲਣ ਦੀ ਦੇਰ ਹੈਗੀ ਆ, ਫਿਰ ਆਪਾਂ ਨਿਕਲ ਚੱਲਾਂਗੇ ਕਲੌਂਗ। ਬਾਕੀ ਸੇਫ ਉਹਨਾਂ ਨਹੀਂ ਹੈਗਾ ਕਿਉਂਕਿ ਉੱਤੋਂ ਕਦੇ ਵੀ ਪੱਥਰ ਡਿੱਗ ਸਕਦਾ, ਕਦੇ ਵੀ ਰੋਡ ਬਲੋਕ ਹੋ ਸਕਦਾ, ਜਿਵੇਂ ਕਿਨੌਰ ਵਾਲਾ ਰੋਡ ਬਲੋਕ ਨਹੀਂ ਆਇਆ। ਸੇਫ ਰਹੋ, ਘਰੇ ਰਹੋ, ਮੈਨੂੰ ਛੱਡ ਕੇ ਤੁਸੀਂ ਮੈਨੂੰ ਨਹੀਂ ਕਹਿਣਾ ਘਰੇ ਰਹੋ, ਮੈਂ ਤਾਂ ਇੱਥੇ ਆ ਚੁੱਕਾ। ਸ਼ਿਲੌਂਗ ਵੈਲੀ 'ਚ ਪਹੁੰਚੇ ਹਾਂ, ਵੇਖ ਲਓ ਪੈਰਾਗਲਾਈਡਿੰਗ ਚੱਲ ਰਹੀ ਹੈ। ਆਹ ਦੇਖੋ
ਜ਼ਿਆਦਾ ਉੱਚੀ ਤਾਂ ਨਹੀਂ ਹੈਗੀ ਪਰ ਸਵਾਦ ਆ ਰਿਹਾ ਹੋਣਾ ਪੱਕਾ ਉਹਨਾਂ ਨੂੰ। ਫਿਲਮ 'ਚ ਵੇਖੀ ਸੀ, ਕਿਹੜੀ 'ਚ ਫਿਲਮ ਵੇਖੀ ਕੋਈ ਨਹੀਂ, ਜਿਹਦੇ 'ਤੇ ਪ੍ਰਿਅੰਕਾ ਚੋਪੜਾ ਅੜ ਜਾਂਦੀ ਹੁੰਦੀ ਹੈ, ਉਸ ਤੋਂ ਬਾਅਦ ਆਪਣਾ ਕ੍ਰਿਸ਼ਨਾ ਬਚਾਉਂਦਾ ਹੁੰਦਾ। ਕ੍ਰਿਸ਼ਨਾ, ਓ ਕ੍ਰਿਸ਼ਨਾ, ਛੋਟੀ ਜੀ ਆ। ਇੱਧਰੋਂ ਆਪਾਂ ਆਏ ਹਾਂ ਮਨਾਲੀ ਵਾਲੇ ਪਾਸੋਂ, ਲਿਫਟ ਨਹੀਂ ਮਿਲ ਰਹੀ ਆ, ਬਾਈ ਨੂੰ ਰੋਕਦੇ ਹਾਂ। ਮੌਸਮ ਦੇਖੋ, ਸਿਸੂ ਪਹੁੰਚ ਗਏ ਆਪਾਂ, ਕਿਲੋਂਗ ਤੋਂ ਥੋੜ੍ਹਾ ਜਿਹਾ ਦੂਰ ਰਹਿ ਗਿਆ। ਆਹ ਭਾਜੀ ਹੋਰਾਂ ਦੀ ਗੱਡੀ ਜਿੱਥੇ ਆਪਾਂ ਲਿਫਟ ਮਿਲੀ ਆ। ਮੈਂ ਚੰਡੀਗੜ੍ਹ ਬਿਲਾਸਪੁਰ ਤੋਂ ਪੰਜਾਬੀ ਨੇ, ਇਹ ਸਿੱਧਾ ਜਾਏਗਾ ਹੁਣ, ਕੋਈ ਲਿਫਟ ਨਹੀਂ ਚੇਂਜ ਕਰਨੀ ਪੈਣੀ, ਸਿੱਧਾ ਜਾਏਗਾ ਕਿਲੋਂਗ। ਕਿਲੋਂਗ ਪਹੁੰਚਾਂਗੇ ਆਪਾਂ ਅਤੇ ਪੰਜਾਬੀ ਢਾਬੇ 'ਤੇ ਚਾਹ ਚੂਹ ਪੀਣ ਦਾ ਜੁਗਾੜ ਕਰ ਰਹੇ ਹਾਂ ਥੋੜ੍ਹਾ ਜਿਹਾ। 6 ਵੱਜਣਗੇ, 6 ਵਜੇ ਦਾ ਟਾਈਮ ਹੋ ਚੁੱਕਿਆ, ਸਿੱਧਾ ਕਿਲੋਂਗ ਜਾਣਾ ਆਪਾਂ ਹੁਣ। ਇੱਕ ਗੱਲ ਪਤਾ ਕਸੂਤੀ ਕੀ ਹੋ ਗਿਆ ਕਿ ਮੈਂ ਕੋਈ ਜੈਕਟ ਲੈ ਕੇ ਨਹੀਂ ਆਇਆ, ਕਿਉਂਕਿ ਮੈਨੂੰ ਮਿਲੀ ਨਹੀਂ ਸੀ, ਬੂਟੇ ਨੂੰ ਦੱਸਿਆ ਨਹੀਂ ਸੀ ਮੈਂ, ਰਾਤੀ ਲੱਭ ਤਾਂ ਰਿਹਾ ਸੀ ਪਰ ਲੱਭੀ ਨਹੀਂ ਮੈਨੂੰ, ਫਿਰ ਮੈਂ ਜੈਕਟ ਲੈ ਕੇ ਨਹੀਂ ਆਇਆ ਅਤੇ ਠੰਡ ਜ਼ਿਆਦਾ ਹੋ ਗਈ ਹੈ, ਇਸ ਕਰਕੇ ਆਪਾਂ ਨੂੰ 2-3 ਸ਼ਰਟਾਂ ਤਾਂ ਪਾਉਣੀਆਂ ਪੈਣੀਆਂ ਨੇ, ਇੱਕ ਹੋਰ ਉੱਤੇ ਟੀ ਸ਼ਰਟ ਪਾਉਣੀ ਪੈਣੀ, ਇੱਕ ਥੱਲੇ ਪਾਈ ਹੋਈ ਆ, ਤਾਂ ਹੀ ਕੰਮ ਸੂਟ ਆਵੇਗਾ, ਨਹੀਂ ਤਾਂ ਆਪਾਂ ਰਗੜੇ ਜਾਵਾਂਗੇ। ਇੱਥੋਂ ਹੁਣ ਰਹਿ ਗਿਆ ਘੰਟੇ ਕੁ ਦਾ ਰਸਤਾ, ਰਹਿ ਗਿਆ ਘੰਟੇ ਕੁ ਦਾ ਰਸਤਾ ਤਾਂ ਨਹੀਂ ਹੈਗਾ, 20 ਕਿਲੋਮੀਟਰ ਹੈਗਾ ਕਿਲੋਂਗ, ਪਰ ਕਿਉਂਕਿ ਜਿਹੜਾ ਆਪਣਾ ਟਰੱਕ ਆ ਉਹ ਭਰਿਆ ਹੋਇਆ ਸੀਮਿੰਟ ਨਾਲ, ਭਾਜੀ ਹੋਰਾਂ ਨੇ ਉੱਥੇ ਉਤਾਰਨਾ, ਤਾਂ ਕਰਕੇ ਘੰਟਾ ਤਾਂ ਲੱਗ ਹੀ ਜਾਣਾ, ਚੜ੍ਹਾਈ ਆ ਸਾਰੀ ਸਾਰੀ। ਬਾਕੀ ਉੱਪਰ ਗਲੇਸ਼ੀਅਰ ਜੰਮੇ ਪਏ ਨੇ, ਗਲੇਸ਼ੀਅਰ ਵਾਲਾ ਪਾਣੀ, ਠੰਡੀ ਹਵਾ, ਆਹ ਕੰਨਾਂ ਤੋਂ ਛੂਹ ਕਰਕੇ ਲੰਘ ਰਹੀ ਆ। ਆ ਜਾਓ ਭਾਅ ਜੀ, ਚੱਲੀਏ ਆਪਣੇ ਸਨੀ ਭਾਅ ਜੀ, ਬਹੁਤ ਬਹੁਤ ਸ਼ੁਕਰੀਆ, ਹੋਰ ਨਿਕਲੀਏ ਟਾਈਮ ਨਾਲ।